ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇੱਕ ਨਵੀਂ ਗਤੀਵਿਧੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਖਤ ਨਰਮ। ਇਹ ਬੌਧਿਕ ਵਿਕਾਸ ਪ੍ਰੀ ਮੈਥ ਦੀ ਗਤੀਵਿਧੀ ਹੈ। ਇਸ ਵਿੱਚ ਬੱਚਾ ਵਸਤੂਆਂ ਨੂੰ ਛੂ ਕੇ ਦੱਸੇਗਾ ਕਿਹੜੀ ਚੀਜ਼ ਸਖਤ ਹੈ ਅਤੇ ਕਿਹੜੀ ਚੀਜ਼ ਨਰਮ ਹੈ। ਤੁਸੀਂ ਵੇਖ ਸਕਦੇ ਹੋ ਕਿ ਮੈਂ ਦੋ ਬੋਲਸ ਲਈਆਂ ਆ। ਬੱਚਾ ਇਹਨਾਂ ਨੂੰ ਛੂ ਕੇ ਦੱਸੇਗਾ ਕਿਹੜੀ ਬੋਲ ਸਖਤ ਹੈ ਅਤੇ ਕਿਹੜੀ ਬੋਲ ਨਰਮ ਹੈ। ਹੁਣ ਆਪਾਂ ਇਹ ਗਤੀਵਿਧੀ ਸ਼ੁਰੂ ਕਰਦੇ ਹਾਂ। ਸੈਮ, ਤੁਹਾਡੇ ਅੱਗੇ ਦੋ ਬੋਲਸ ਪਈਆਂ ਆ, ਤੁਸੀਂ ਇਹਨਾਂ ਨੂੰ ਛੂ ਕੇ ਦੱਸੋ ਕਿਹੜੀ ਬੋਲ ਸਖਤ ਹੈ। ਵੈਰੀ ਗੁੱਡ। ਮੈਂ ਤੁਹਾਨੂੰ ਦੋ ਪੋਟਲੀਆਂ ਦਿੱਤੀਆਂ, ਇਹਨੂੰ ਛੂ ਕੇ ਦੱਸੋ ਕਿਹੜੀ ਨਰਮ ਹੈ। ਵੈਰੀ ਗੁੱਡ। ਇਹ ਗਤੀਵਿਧੀ ਤੁਸੀਂ ਘਰ ਵਿੱਚ ਆਪਣੇ ਬੱਚਿਆਂ ਨਾਲ ਵੀ ਕਰਵਾ ਸਕਦੇ ਹੋ, ਵੱਖ ਵੱਖ ਵਸਤੂਆਂ ਦੇ ਕੇ, ਤਾਂ ਕਿ ਬੱਚੇ ਨੂੰ ਸਖਤ ਅਤੇ ਨਰਮ ਦਾ